ਤੁਸੀਂ ਪੁਰਾਣਾ ਸਮਾਨ ਕਟਵਾ ਕੇ ਕੋਈ ਵੀ ਆਪਣਾ ਨਵਾਂ ਲਿਆ ਸਕਦੇ ਹੋ, ਜਿਵੇਂ ਕਿ ਟੀਵੀ, ਫਰਿੱਜ, ਬੈੱਡ, ਸੋਫੇ, ਭਾਵੇਂ ਤੁਹਾਡਾ ਸਮਾਨ ਖਰਾਬ ਹੈ ਭਾਵੇਂ ਚੱਲਦਾ। ਹਾਂਜੀ, ਮੈਂ ਤੁਹਾਨੂੰ ਅੱਜ ਪੰਜਾਬ ਦੇ ਸਭ ਤੋਂ ਵੱਡੇ ਫਰਨੀਚਰ ਹਾਊਸ 'ਤੇ ਆਏ ਹਾਂ, ਪਰ ਰਾਏਕੋਟ ਮਹਾਰਾਜਾ ਫਰਨੀਚਰ ਹਾਊਸ 'ਤੇ। ਇੱਥੇ ਤੁਸੀਂ ਪੁਰਾਣਾ ਸਮਾਨ ਕਟਵਾ ਕੇ ਕੋਈ ਵੀ ਆਪਣਾ ਨਵਾਂ ਲਿਆ ਸਕਦੇ ਹੋ, ਜਿਵੇਂ ਕਿ ਟੀਵੀ, ਫਰਿੱਜ, ਬੈੱਡ, ਸੋਫੇ, ਭਾਵੇਂ ਤੁਹਾਡਾ ਸਮਾਨ ਖਰਾਬ ਹੈ ਭਾਵੇਂ ਚੱਲਦਾ। ਅਤੇ ਉਹਦੇ ਬਦਲੇ ਜਿਹੜਾ ਤੁਸੀਂ ਨਵਾਂ ਸਮਾਨ ਲੈ ਕੇ ਜਾਓਗੇ, ਉਹਦੀ 5 ਸਾਲ ਦੀ ਗਰੰਟੀ ਵੀ ਹੋਊਗੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਉਸੇ ਦੀ ਕਰ ਲਈ, ਜਿਹੜਾ ਪੁਰਾਣਾ ਸਮਾਨ ਤੁਸੀਂ ਕੱਢਦੇ ਹੋ, ਉਹਦੇ ਵਿੱਚ ਕੀ ਕੁਛ ਕੱਢਦੇ ਹੋ? ਪੁਰਾਣੇ ਸਮਾਨ ਦੇ ਵਿੱਚ ਪੇਟੀ, ਨਮਾਰੀ, ਬੈੱਡ, ਗੱਦੇ, ਸੋਫੇ, ਕੂਲਰ, ਜਿਹੜੀ ਚੀਜ਼ ਮਰਜ਼ੀ ਦੋ, 5000 ਦੀ ਕੱਢ ਦਾਂਗੇ ਜੀ। ਅੱਛਾ ਜੀ। ਜੇ ਉਹਦੇ ਬਦਲੇ ਜਿਹੜਾ ਨਵਾਂ ਦਿੰਦੇ ਹੋ, ਉਹਦੀ ਰੇਟ ਦੀ ਜ਼ਿੰਮੇਵਾਰੀ ਹੋਊ ਮਾਰਕੀਟ ਨਾਲ? ਪੂਰੀ ਜ਼ਿੰਮੇਵਾਰੀ। ਉਹ ਚੀਜ਼ ਕੁਆਲਿਟੀ ਵਧੀਆ ਹੋਊਗੀ, ਤੁਸੀਂ ਆਪ ਹੀ ਦੇਖ ਲਓ ਗਾਹਕ ਦੀ ਕਿੰਨੀ ਕਿੰਨੀ ਲੈਣਾ ਲੱਗੀ ਹੋਈ। ਹਾਂਜੀ, ਇੱਧਰ ਬਾਕੀ ਸਾਡਾ ਬਾਰੀ ਨਹੀਂ ਆਉਂਦੀ, ਬਾਰੀ ਪਰਚੀ ਬਣਨ ਦੀ। ਹਾਂਜੀ, ਕੁਆਲਿਟੀ ਏ ਕਲਾਸ ਹੈ। ਉਹ ਚੀਜ਼ ਅਸੀਂ ਖੁਦ ਆ ਕੇ ਦੇਖੀ ਇੱਥੇ ਵੀ ਕਿੰਨੀ ਕੁ ਇੱਥੇ ਭੀੜ ਹੈ ਅਤੇ ਕਿਵੇਂ ਇੱਥੇ ਸਮਾਨ ਵਿਕ ਰਿਹਾ। ਅਤੇ ਦੂਜੀ ਗੱਲ ਜੀ, ਜਿਹੜਾ ਬਾਜ਼ਾਰ ਦੇ ਵਿੱਚ ਮਤਲਬ ਕਿ ਕੋਈ ਕਈ ਵਾਰੀ ਸਸਤਾ ਰੇਟ ਨਾ ਮਿਲੇ, ਇਹ ਚੀਜ਼ ਦੀ ਜ਼ਿੰਮੇਵਾਰੀ ਕਹਿ ਦਿਓ ਵੀ ਜ਼ਿੰਮੇਵਾਰੀ ਆ? ਸਾਡੀ ਹਰੇਕ ਗੱਲ ਦੀ ਜ਼ਿੰਮੇਵਾਰੀ ਹੋਊ, ਗਾਹਕ ਨੂੰ ਚੀਜ਼ ਸਸਤੀ ਵੀ ਹੋਊਗੀ, ਵਧੀਆ ਵੀ ਹੋਊਗੀ, ਠੀਕ ਹੈ। ਜਿਹੜੀ 5000 ਦੀ ਪੁਰਾਣੀ ਕਿਹਾ, ਉਹ 5000 ਦੀ ਪੂਰੀ ਇਕੱਠੀ ਹੋਊਗੀ। ਇੱਕ ਜਿਹੜਾ ਤੁਸੀਂ ਕਹਿੰਦੇ ਸੀ ਵਿਆਹਾਂ ਦਾ ਸਮਾਨ, ਜਿਵੇਂ ਵਿਆਹਾਂ ਦਾ ਜਿਹੜਾ ਫਰਨੀਚਰ ਲੈ ਕੇ ਜਾਂਦੇ ਆ, ਵੀ ਉਹ ਇੱਥੇ ਤੁਸੀਂ ਕਹਿੰਦੇ ਸੀ ਬਹੁਤ ਵੱਡੇ ਪੈਕੇਜ ਬਣਾਏ ਹੋਏ, ਵੀ ਸਸਤੇ ਰੇਟਾਂ 'ਚ ਬਣਾਏ ਹੋਏ? ਹਾਂਜੀ ਹਾਂਜੀ, ਇੱਕ 46000 ਰੁਪਏ ਦਾ ਪੈਕੇਜ ਹੈ ਜੀ, ਇੱਕ ਆਪਣਾ 70000 ਰੁਪਏ ਦਾ ਪੈਕੇਜ ਹੈ। ਉਹ ਆਪਾਂ ਤੁਹਾਨੂੰ ਰੀਲ ਬਣਾਵਾਂਗੇ, ਉੱਪਰ ਦਿਖਾਉਣੇ ਸਾਰੀ ਚੀਜ਼ ਵੀ ਕਿਸ ਤਰ੍ਹਾਂ ਦਾ ਆਪਣਾ ਪੈਕੇਜ ਹੈਗਾ। ਅਤੇ ਉਹ ਵੀ ਆਪਾਂ ਦਿਖਾਉਣੇ, ਇੱਕ ਗੱਲ ਧਿਆਨ 'ਚ ਕਰ ਲਿਆ, ਤੁਸੀਂ ਜਿਹੜਾ ਵੀ ਤੁਸੀਂ ਕੁਛ ਲੈ ਕੇ ਜਾਓਗੇ ਉਹਦੀ 5 ਸਾਲ ਦੀ ਗਰੰਟੀ ਹੋਊਗੀ। ਇਹ ਨਹੀਂ ਹੋਊਗਾ ਵੀ ਤੁਹਾਨੂੰ 13 ਸਮਾਨ ਦੇ ਦਿੱਤਾ ਵੀ ਬਾਅਦ 'ਚੋਂ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਤੁਹਾਨੂੰ ਵਰਾਇਟੀ ਦੇ ਨਿਗਾਹ ਮਰਾਉਣੇ, ਦੇਖੋ ਇਸ ਤਰ੍ਹਾਂ ਦੇ ਆਪਣੇ ਕੋਲ ਨਮਾਰੀਆਂ ਨੇ ਜੀ, ਸਾਹਮਣੇ ਆਪਣੀ ਵਰਕਸ਼ਾਪ ਆ, ਤੁਹਾਨੂੰ ਵਰਕਸ਼ਾਪ ਵੀ ਦਿਖਾਉਣੇ ਹੈਗੇ। ਜਿਹੜੀ ਚੀਜ਼ ਬਣੀ ਹੋਈ ਹੈ ਪੂਰੀ ਸੋਲਿਡ ਬਣੀ ਹੋਊਗੀ, ਹੋਊਗੀ ਜਾਂਦੀ ਖਿੜ ਜੇ ਜਾਊਗੀ, ਜਾਂ ਕੋਈ ਚੀਜ਼ ਹਲਕੀ ਲੱਗੀ ਹੋਈ ਹੈ, ਜਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਹੈਗੀ। ਆ ਯੂਵੀ ਬੋਰਡ ਵਾਲੀਆਂ ਨਮਾਰੀਆਂ ਆ ਗਈਆਂ, ਐਲਈਡੀ ਪੈਨਲ ਆ ਗਏ, ਕਿਚਨ ਵਾਲੀਆਂ ਨਮਾਰੀਆਂ ਆ ਗਈਆਂ, ਦੇਖੋ ਕਿੰਨੀਆਂ ਸ਼ਾਨਦਾਰ ਬਣੀਆਂ ਹੋਈਆਂ ਨੇਗੀਆਂ। ਜਿਵੇਂ ਆਪਾਂ ਇੱਕ ਅੱਧੀ ਦਾ ਕੋਈ ਰੇਟ ਦੱਸਦੇ? ਆ ਦੇਖੋ, ਜਿਵੇਂ ਕਿਚਨ ਵਾਲੀ ਨਮਾਰੀ ਹੈ ਜੀ ਆਪਣੀ, 15000 ਰੁਪਏ ਦੀ ਨਮਾਰੀ ਹੈ ਜੀ। ਅੱਛਾ ਜੀ। ਇਹਦੇ 'ਚੋਂ 5000 ਰੁਪਏ ਦੀ ਕੋਈ ਵੀ ਚੀਜ਼ ਪੁਰਾਣੀ ਕਟਾ ਸਕਦੇ ਹੋ ਤੁਸੀਂ, ਕੂਲਰ ਦੇ ਦਿਓ, ਫਰਿੱਜ ਦੇ ਦਿਓ, ਵਾਸ਼ਿੰਗ ਮਸ਼ੀਨ ਦੇ ਦਿਓ, ਜਿਹੜੀ ਚੀਜ਼ ਮਰਜ਼ੀ ਦਿਓ, 5000 ਦੀ ਕੱਢ ਦਾਂਗੇ। ਫਿਰ 10000 ਦੀ ਰਹਿ ਗਈ? 10000 ਰੁਪਏ ਰਹਿ ਗਈ। ਜਿਵੇਂ ਆਪਣਾ ਐਲਈਡੀ ਪੈਨਲ ਹੈ, ਦੇਖੋ 6x6 ਦਾ ਐਲਈਡੀ ਪੈਨਲ ਆ, ਪੂਰਾ ਵੱਡਾ ਕੰਮ ਹੋਇਆ। ਦੇਖੋ ਪਹਿਲਾਂ, ਦੇਖੋ ਸਾਰਾ ਡਬਲ ਗੋਲਾ ਲੱਗਿਆ ਹੋਇਆ ਜੀ, ਵਧੀਆ ਸਾਗਵਾਨ ਦੀ ਲੱਕੜ ਦਾ ਬਣਿਆ ਹੋਇਆ ਜੀ, ਸਾਰਾ ਇਹਨੂੰ ਜਿਹੜਾ ਪਾਰਟੀਕਲ ਵਗੈਰਾ ਲੱਗਿਆ ਸਾਰਾ ਪੂਰਾ ਵਧੀਆ ਲੱਗਿਆ ਹੋਇਆ ਜੀ, ਠੀਕ ਹੈ। ਕੁੰਡੇ ਕਬਜੇ ਸਾਰੇ ਪੂਰੇ ਟੌਪ ਦੇ ਲੱਗੇ ਹੋਏ ਨੇ ਜੀ, ਇਹ ਆਪਣਾ 15000 ਰੁਪਏ ਦਾ। ਜੇ ਆਪਾਂ ਘਰੇ ਤਿਆਰ ਕਰਵਾਈ 30-35000 ਦਾ, ਘਰੇ ਤਾਂ 35-40000 ਤੋਂ ਘੱਟ ਨਹੀਂ ਤਿਆਰ ਹੁੰਦਾ ਜੀ। ਹਾਂ, ਉਹੀ ਤਾਂ ਗੱਲ ਹੈ ਜੀ, ਇਹ ਆਪਣਾ 15000 ਰੁਪਏ ਰੇਟ ਹੈ ਜੀ। 5000 ਦੀ ਤੁਸੀਂ ਕੋਈ ਵੀ ਚੀਜ਼ ਘਟਾ ਲਓ, ਪੇਟੀ ਦੇ ਦਿਓ, ਅਲਮਾਰੀ ਦੇ ਦਿਓ, ਕੂਲਰ ਦੇ ਦਿਓ, ਵਾਸ਼ਿੰਗ ਮਸ਼ੀਨ ਦੇ ਦਿਓ, ਜੋ ਚੀਜ਼ ਮਰਜ਼ੀ ਹੋਵੇ 5000 ਦੀ ਕੱਢ ਦਾਂਗੇ ਜੀ। ਬਾਕੀ ਇਹ 'ਚ ਕੋਈ ਓਲਾ ਤਾਂ ਰਹਿ ਨਹੀਂ, ਹੈ ਨਾ ਜੀ? ਤੁਸੀਂ ਗਰੰਟੀ ਵੀ ਦੇਈ ਇਹਨਾਂ ਨਾਲ, ਗਰੰਟੀ 5 ਸਾਲ ਦੀ ਰਿਟਰਨ 'ਚ ਲਿਖ ਕੇ ਦੇਵਾਂਗੇ ਜੀ, ਠੀਕ ਹੈ ਜੀ। ਬਾਕੀ ਇਸ ਤਰ੍ਹਾਂ ਦੇ ਰੰਗਾਂ ਮੈਚਿੰਗ ਜਿੰਨੀ ਮਰਜ਼ੀ ਲੈ ਲਓ ਜੀ। ਤੇ ਇੱਕ ਜਿਹੜਾ ਪੈਕੇਜ ਆ 46000 ਦੇ ਵਿੱਚ, ਤੁਸੀਂ ਸਾਰੇ ਘਰ ਦਾ ਸਮਾਨ ਲਿਜਾ ਸਕਦੇ, ਉਹਦੇ ਵਿੱਚ ਕੀ ਕੁਛ ਹੁੰਦਾ ਜੀ? ਉਹਦੇ ਵਿੱਚ ਦੇਖੋ ਜੀ, ਇਸ ਤਰ੍ਹਾਂ ਦੇ ਆਪਣੇ ਬੈੱਡ ਆ ਗਏ ਜੀ, 6 ਫੁੱਟੇ, ਠੀਕ ਹੈ, ਨਾਲ ਬੈੱਡ ਦੇ ਨਾਲ ਗੱਦੇ ਆ ਗਏ ਜੀ, ਠੀਕ ਹੈ, ਨਾਲ ਸੋਫਾ ਆ ਗਿਆ 7 ਸੀਟਰ, ਨਾਲ ਟੇਬਲ ਆ ਗਿਆ ਜੀ, ਠੀਕ ਹੈ ਜੀ, ਨਾਲ ਇਹ ਵੱਡੀ ਨਮਾਰੀ ਆ ਗਈ। ਅੱਛਾ ਜੀ, ਸਾਰੀ 19mm ਬੋਰਡ ਦੀ ਬਣੀ ਹੋਈ ਹੈ, ਫੈਂਸੀ ਕੁੰਡੇ ਕਬਜੇ ਲੱਗੇ ਹੋਏ ਜੀ। ਇੱਕ ਇਹਦੇ ਹੋਰ ਆਫਰ ਵੀ ਹੈ ਨਾ ਜੀ, ਆਪਣਾ 3-4000 ਰੁਪਏ ਵੱਧ ਜਾਂਦਾ, ਜਿਵੇਂ ਡਿਲੀਵਰੀ ਫਰੀ ਹੈ? ਡਿਲੀਵਰੀ ਸਾਰੇ ਪੰਜਾਬ 'ਚ ਫਰੀ ਹੈ ਜੀ, ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਪ੍ਰੈਸਟੀਜ ਹਰੇਕ ਨੂੰ ਗਿਫਟ ਨਾਲ ਦਿੱਤਾ। ਅੱਛਾ, ਉਹਨੂੰ ਆ ਦਿੱਤਾ ਜਾਊਗਾ? ਹਾਂਜੀ ਹਾਂਜੀ, 46000 ਰੁਪਏ ਦਾ ਪੈਕੇਜ ਹੈ, ਡਿਲੀਵਰੀ ਸਾਰੇ ਪੰਜਾਬ 'ਚ। ਤੁਸੀਂ ਕੁਛ ਵੀ ਇੱਥੇ ਲੈਣ ਆਓਗੇ, ਮਤਲਬ ਕਿ ਆਹ ਪੈਕੇਜ ਲੈਣ ਆਓਗੇ, ਇਹ ਤੁਹਾਨੂੰ ਫਰੀ ਹੋਊਗਾ ਨਾਲ, ਜਦੋਂ ਵੀਡੀਓ ਸ਼ੇਅਰ ਕਰਕੇ। ਜਿਹੜੇ ਗਾਹਕ ਦੂਰ ਬੈਠੇ ਨੇ, ਪਠਾਨਕੋਟ ਤੋਂ, ਜੰਮੂ ਤੋਂ, ਕਿਸੇ ਨੇ ਬਾਹਰੋਂ ਪੈਕਿੰਗ ਕਰਾਉਣਾ ਹੈਗਾ, 1000 ਰੁਪਏ ਦੇ ਕੇ ਆਨਲਾਈਨ ਬੁਕਿੰਗ ਹੋ ਜੂ, 1000 ਰੁਪਏ ਸਾਡੇ ਖਾਤੇ 'ਚ ਪਾ ਦਿਓ, ਬਾਕੀ ਪੇਮੈਂਟ ਤੁਸੀਂ ਉਹ ਦੇਣੇ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ, ਘਰੇ ਚੈੱਕ ਕਰਕੇ। ਤੇ ਜਿਹੜਾ ਤੁਸੀਂ ਆਹਾ ਸੋਫਾ ਦੇਖ ਰਹੇ ਹੋ, ਐਮਾਜ਼ੋਨ ਤੇ 1,38,000 ਦਾ, ਤੇ ਮਾਰਕੀਟ ਦੇ ਵਿੱਚ ਵੀ ਇਹਦਾ ਇੰਨਾ ਹੀ ਪ੍ਰਾਈਜ਼ ਹੈ, ਇਹ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਮਿਲ ਜੂਗਾ। ਗਰੰਟੀ ਇਹਦੀ 5 ਸਾਲ ਦੀ। ਕੀ ਰੇਟ ਹੈ ਇਹਦਾ ਜੀ? ਇਹ ਜੇ ਤੁਸੀਂ ਐਮਾਜ਼ੋਨ ਤੇ ਲਓ, 1,38,000 ਰੁਪਏ ਰੇਟ ਹੈ ਜੀ। ਹਾਂਜੀ, ਬਾਜ਼ਾਰ 'ਚ ਵੀ ਤੁਹਾਨੂੰ 1,20,000-22,000 ਤੋਂ ਘੱਟ ਕੋਈ ਨਹੀਂ ਦਿੰਦਾ ਜੀ, ਠੀਕ ਹੈ ਜੀ। ਕਾਰਨਰ ਸੋਫਾ ਹੈਗਾ, ਨਾਲ ਦੀਵਾਨ ਬਣਿਆ, ਦੇਖੋ ਭੈਣ 'ਚ ਪੂਰਾ ਨਜ਼ਾਰੇਦਾਰ ਦੀਵਾਨ ਹੈ ਜੀ, ਨਾਲ ਵੀਅਰ ਵਾਰ ਲੱਗਿਆ, ਟੇਬਲ ਹੈ 2.5-4 ਦਾ, 3 ਬਫੀਆਂ ਨੇਗੀਆਂ। ਇਹਦਾ ਰੇਟ ਸਿਰਫ ਆਪਣਾ 45,000 ਰੁਪਏ ਜੀ। ਅੱਛਾ, 45,000। ਹਾਂਜੀ ਹਾਂਜੀ, ਆਨਲਾਈਨ ਤੁਸੀਂ ਬੁਕਿੰਗ ਕਰਾਉਣਾ, 1000 ਰੁਪਏ ਸਾਡੇ ਅਕਾਊਂਟ 'ਚ ਪਾਓ, ਬਾਕੀ ਚੀਜ਼ ਪੈਸੇ ਤੁਸੀਂ ਉਹ ਦਿੰਦੇ ਜਦੋਂ ਤੁਹਾਡੇ ਘਰੇ ਸੋਫਾ ਪਹੁੰਚ ਗਿਆ, ਤੁਹਾਡੇ ਪਸੰਦ ਆ। ਕੁਆਲਿਟੀ ਦੀ ਜ਼ਿੰਮੇਵਾਰੀ ਤਾਂ, ਕੁਆਲਿਟੀ 5 ਸਾਲ ਦੀ ਗਰੰਟੀ ਹੈ, ਗਰੰਟੀ ਕਾਰਡ ਨਾਲ ਬਣਾ ਕੇ ਦੇਵਾਂਗੇ, HR ਦੀ ਫੋਰਮ ਪਾਈ ਹੋਈ ਹੈ,
ਠੀਕ ਹੈ ਜੀ, ਐਨ ਏ ਕਲਾਸ ਕੁਆਲਿਟੀ ਹੈ, ਮੋਸ਼ਾ ਕੱਪੜਾ ਲੱਗਿਆ। ਬਾਕੀ ਥੋੜਾ ਮੋਟਾ ਕੋਈ ਚੇਂਜ ਕਰਵਾਉਣਾ ਚਾਹੁੰਦਾ ਵੀ ਆਪਦੇ, ਉਹ ਗੱਲ ਜਿਵੇਂ ਕਹੂਗਾ ਉਵੇਂ ਹੋ ਜਾਊ। ਕਈ ਵਾਰ ਕਿਸੇ ਨੂੰ 20 ਵਾਰ ਦੇ ਵਿੱਚ, ਹਾਂਜੀ ਹਾਂਜੀ, ਇੱਕ ਤੁਹਾਡੀ ਵੀਡੀਓ 'ਚ ਹੋਰ ਆਫਰ ਦੇ ਦੇਣਗੇ। ਮੰਨ ਲਓ ਜਿਵੇਂ ਲੋਕ ਲੇਡੀਜ਼ ਕਿੱਟੀ ਵਗੈਰਾ ਪਾ ਲੈਂਦੀਆਂ ਨੇਗੀਆਂ, ਕਿਸੇ ਨੇ 1000, 2000, 5000 ਰੁਪਏ ਜਮ੍ਹਾਂ ਕਰਾ ਕੇ ਕਰਨਾ ਹੈਗਾ, ਉਸ ਤਰ੍ਹਾਂ ਵੀ ਕਰ ਦਾਂਗੇ। ਮੰਨ ਲਓ ਵਾਲੇ 2000 ਪਾਤਾ, 5000 ਪਾਤਾ, 10000 ਪਾਤਾ, ਜਦੋਂ ਤੁਹਾਡੀ ਪੇਮੈਂਟ ਪੂਰੀ ਹੋ ਗਈ, ਤੁਹਾਡਾ ਸੋਫਾ ਇਸੇ ਰੇਟ 'ਚ ਬੁੱਕ ਹੋ ਗਿਆ, ਚਾਹੇ ਤੁਸੀਂ ਸਾਲ ਭਰ 'ਚ ਪੈਸੇ ਪੂਰੇ ਕਰ ਦਿਓ, ਤੁਹਾਨੂੰ ਇਸੇ ਰੇਟ 'ਚ ਸੋਫਾ ਦੇ ਦਾਂਗੇ। ਲੈ ਬਈ, ਸਭ ਤੋਂ ਵੱਡਾ ਆਫਰ ਹੈ, ਤੁਸੀਂ ਇੱਕ ਵਾਰ ਜਿੰਨੇ ਪੈਸੇ ਭਰਨੇ ਭਰ ਦਿਓ, ਸਾਲ 'ਚ ਆਪਣੇ ਹੌਲੀ ਹੌਲੀ ਪੈਸੇ ਉਤਾਰ ਲਓ। ਤੁਸੀਂ ਜਿੰਨੇ ਦਾ ਸੋਫਾ 45000 ਦਾ ਸੋਫਾ ਲੈ ਗਏ, 45000 ਤੁਸੀਂ ਇੱਕ ਸਾਲ ਦੇ ਵਿੱਚ ਆਪਣਾ ਜਿੰਨੇ ਤੁਹਾਡੇ ਕੋਲ ਬਣਦੇ ਉਨੇ ਦੇਈ ਚੱਲੋ, ਹੈ ਨਾ ਜੀ। ਹਾਂ, ਜਿੱਦੇ ਪੇਮੈਂਟ ਪੂਰੀ ਹੋਊਗੀ ਤਾਂ ਸੋਫਾ ਭੇਜ ਦਾਂਗੇ। ਠੀਕ ਹੈ ਜੀ, ਅਤੇ ਬਾਕੀ ਇਹਦੇ ਬਾਰੇ ਗੱਲ ਕਰ ਲਈ। ਹਾਂਜੀ ਹਾਂਜੀ, ਕਿਪਾ ਇਹ ਸੋਫਾ ਆਫਰ ਦੇ ਵਿੱਚ ਲਾਇਆ ਜੀ। ਹਾਂਜੀ, ਇਹ 10 ਸੀਟਰ ਸੋਫਾ, 3+3, 2 ਕੁਰਸੀਆਂ ਨੇ, ਨਾਲ ਟੇਬਲ ਹੈ, ਕੋਰਨਰ ਹੈ ਜੀ। ਠੀਕ ਹੈ, 55-60 ਹਜ਼ਾਰ ਰੁਪਏ ਸੋਫਾ ਮਿਲਦਾ ਜੀ। ਅੱਛਾ ਜੀ, ਇਹ ਆਪਾਂ 38000 ਰੁਪਇਆ ਲਾਇਆ ਆਫਰ ਦੇ ਵਿੱਚ ਜੀ। ਬਸ 38000 ਰੁਪਇਆ ਸੋਫਾ ਜੀ, ਇਹਦੇ ਰੰਗ ਮੈਚਿੰਗ ਜਿੰਨੀ ਮਰਜ਼ੀ ਲੈ ਲਓ, ਡਿਜ਼ਾਇਨ ਬਹੁਤ ਮਿਲ ਜਾਣਗੇ, ਉਹ ਤਾਂ ਬੰਦੇ ਆਪਦੇ ਹਿਸਾਬ ਨਾਲ, ਉਹ ਜਿਹਾ ਜਿਹਾ ਵਾਲਾ ਕਹੂਗਾ ਉਹ ਜਿਹਾ ਬਣ ਜਾਊਗਾ। ਇੱਕ ਪੈਕੇਜ ਹੋਰ ਹੈ 70000 ਦਾ, ਇਹਦੇ ਵਿੱਚ ਵੀ ਤੁਸੀਂ ਸਮਾਨ ਲੈ ਸਕਦੇ, ਇਹ ਥੋੜੀ ਕੁਆਲਿਟੀ ਉਦੋਂ ਉੱਚੀ ਕੁਆਲਿਟੀ ਹੈ, ਇਹਦੇ ਬਾਰੇ ਦੱਸੋ ਜੀ। ਇਹ ਜਿਵੇਂ ਲਗਜ਼ਰੀ ਪੈਕੇਜ ਆਪਣਾ ਬਣਿਆ ਜੀ, ਕਿਸੇ ਨਵੀਆਂ ਕੋਠੀਆਂ ਬਣਾਈਆਂ ਨੇ ਜੀ, ਅਲੱਗ ਘਰੇ ਫਰਨੀਚਰ ਬਣਾਉਣ ਦੀ ਲੋੜ ਨਹੀਂ, ਸਾਰੀ ਤੁਹਾਨੂੰ ਇੱਕ ਪੈਕੇਜ ਦੇ ਵਿੱਚ ਹੀ ਸਾਰਾ ਫਰਨੀਚਰ ਦਿੱਤਾ। ਠੀਕ ਹੈ, ਜਿਵੇਂ ਇਸ ਤਰ੍ਹਾਂ 10 ਸੀਟਰ ਸੋਫਾ ਹੋ ਗਿਆ ਜੀ। ਠੀਕ ਹੈ, ਅਤੇ ਉਹ ਕੰਮ ਬਹੁਤ ਸੋਹਣਾ ਹੋਇਆ, ਕਢਾਈ ਵਗੈਰਾ ਬਹੁਤ ਸੋਹਣੀ ਹੋਈ ਹੈ, 3-3 ਕੋਰਨਰ, 2 ਕੁਰਸੀਆਂ, ਨਾਲ ਟੇਬਲ ਜੀ, ਟੇਬਲ ਦੇ ਵੀ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਜੀ। ਇਸ ਤਰ੍ਹਾਂ ਇਹ ਨਾਲ 9 ਫੁੱਟਾ ਬੈੱਡ ਹੋ ਗਿਆ ਜੀ। ਅੱਛਾ ਜੀ, ਇਸ ਤਰ੍ਹਾਂ 9 ਫੁੱਟਾ ਬੈੱਡ ਹੋ ਗਿਆ ਜੀ। ਠੀਕ ਹੈ, ਨਾਲ ਗੱਦੇ ਹੋ ਗਏ ਜੀ। ਹਾਂਜੀ, ਅਤੇ ਇਸ ਤਰ੍ਹਾਂ ਦੀ ਵੱਡੀ ਅਲਮਾਰੀ ਹੋ ਗਈ ਜੀ। ਠੀਕ ਹੈ, ਪ੍ਰੈਸ ਟੇਬਲ ਇਹਨਾਂ ਨਾਲ ਵੀ, ਪ੍ਰੈਸ ਟੇਬਲ ਇਹਦੇ ਨਾਲ ਵੀ ਫ੍ਰੀ ਹੈ ਜੀ, ਉਹ ਵੀ ਫ੍ਰੀ ਹੈ। ਉਹ ਵੀਡੀਓ ਸ਼ੇਅਰ ਕਰਕੇ, ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਇੱਥੇ ਲੈ ਕੇ, 70000 ਰੁਪਏ ਦਾ ਆਪਣਾ ਪੈਕੇਜ ਹੈ ਜੀ। ਠੀਕ ਹੈ, ਅਤੇ ਔਨਲਾਈਨ ਡਿਲੀਵਰੀ ਫ੍ਰੀ ਹੈ ਸਾਰੇ ਪੰਜਾਬ ਦੇ ਵਿੱਚ ਜੀ। ਠੀਕ ਹੈ, ਔਨਲਾਈਨ ਬੁਕਿੰਗ ਕਰਾਉਣ ਵਾਸਤੇ 1000 ਰੁਪਏ ਸਾਡੇ ਅਕਾਊਂਟ 'ਚ ਪਾ ਦਿਓ, ਬਾਕੀ ਪੇਮੈਂਟ ਜਦੋਂ ਤੁਹਾਡੇ ਘਰੇ ਸਮਾਨ ਪਹੁੰਚੇਗਾ ਤੁਸੀਂ ਉਹ ਦੇਣੀ ਹੈ। ਇਹ ਵੀ ਉਹਦੇ ਵਿੱਚ ਹੀ ਆ ਗਏ ਜੀ। ਕਈ ਵਾਰ ਜਿਸ ਤਰ੍ਹਾਂ ਰੰਗ, ਇਹ ਰੰਗ ਲੈ ਲਓ, ਉਹ ਲੈ ਲਓ, ਉਹ ਲੈ ਲਓ, ਅੱਜ ਇਸ ਤਰ੍ਹਾਂ ਦਾ ਰੰਗ ਵੀ ਬਹੁਤ ਸੋਹਣਾ ਬਣਿਆ। ਸਾਰੀ ਮਤਲਬ ਪੈਕੇਜ ਦੇ ਵਿੱਚ ਆ ਗਏ, ਤੁਸੀਂ ਆਪਣਾ ਰੰਗ ਵਗੈਰਾ ਜਿਹਾ ਮਰਜ਼ੀ ਰੰਗ ਲੈ ਲਓ, ਰੰਗ ਬਹੁਤ ਨੇ ਜੀ। ਤੇ ਕਿਹੜਾ ਇਹ ਡਾਇਨਿੰਗ ਟੇਬਲ ਹੈ ਜੀ? ਘਰ 'ਚ ਆਪਾਂ ਜਦੋਂ ਤਿਆਰ ਕਰਨੇ ਬਹੁਤ ਜ਼ਿਆਦਾ ਮਹਿੰਗਾ ਪੈਂਦਾ, ਇਹ ਆਪਣੇ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ, ਕਿੰਨੇ ਦਾ ਇਹ ਪੈਂਦਾ? ਜਿਹੜਾ ਆਪਣੇ ਡਾਇਨਿੰਗ ਟੇਬਲ ਹੈ ਜੀ, ਫੁੱਲ ਕੁਛ ਨਹੀਂ ਗਾ, ਡਾਇਨਿੰਗ ਟੇਬਲ ਹੈਗਾ। ਠੀਕ ਹੈ, ਰੇਟ ਜਿਵੇਂ ਆਮ ਬਾਜ਼ਾਰ 'ਚ 55-60 ਹਜ਼ਾਰ ਰੁਪਏ ਦਾ ਮਿਲਦਾ, ਆਪਣੇ ਦਾ 45000 ਰੁਪਏ ਰੇਟ ਹੈਗਾ। ਅੱਛਾ ਜੀ, ਮੰਨ ਲਓ ਤੁਹਾਡੇ ਕੋਲ ਕੋਈ ਪੁਰਾਣਾ ਡਾਇਨਿੰਗ ਟੇਬਲ ਪਿਆ ਹੈਗਾ, ਉਹ ਆਪਾਂ 10000 ਰੁਪਏ ਦਾ ਪੁਰਾਣਾ ਡਾਇਨਿੰਗ ਟੇਬਲ ਕੱਢ ਦਾਂਗੇ। 10000 ਦਾ ਉਹ ਕੱਟੋਂਗੇ, 10000 ਰੁਪਏ ਦਾ ਉਹ ਕੱਢ ਦਾਂਗੇ। ਠੀਕ ਹੈ, ਜੇ ਤੁਸੀਂ ਔਨਲਾਈਨ ਬੁੱਕ ਕਰਾਉਣਾ 1000 ਰੁਪਏ ਦੇ ਕੇ ਤੁਸੀਂ ਬੁੱਕ ਕਰਾ ਸਕਦੇ ਹੋਗੇ, ਡਿਜ਼ਾਇਨ ਆਪਣੇ ਕੋਲ ਜਿੰਨੇ ਤੁਸੀਂ ਕਹੋਗੇ ਉਨੇ ਮਿਲ ਜਾਣਗੇ, ਤੁਰ ਤੱਕ ਡਿਜ਼ਾਇਨ ਹੀ ਪੈਣੇ। ਇਹ ਸਟਾਰਟ ਕਿੰਨੇ ਤੋਂ ਹੁੰਦਾ ਜੀ? ਇਹ ਸਟਾਰਟ 35000 ਰੁਪਏ ਤੋਂ ਹੁੰਦਾ ਹੈਗਾ। 35000 ਮੇਨ ਡਾਇਨਿੰਗ ਟੇਬਲ ਚੱਲਦਾ, ਅੱਜ ਕੱਲ੍ਹ ਕੁਛ ਨਹੀਂ ਗਾਲਾ ਚੱਲਦਾ ਜ਼ਿਆਦਾ, ਇਹ 45000 ਰੁਪਏ ਦਾ। ਸਮਾਨ ਕੋਈ ਵੀ, ਚਾਹੇ ਸੋਫੇ ਚਾਹੇ ਬੈੱਡ ਨੇ ਪੁਰਾਣੇ, ਹੈ ਨਾ ਜੀ? ਹਾਂਜੀ ਹਾਂਜੀ। ਬੈੱਡ ਪੁਰਾਣੇ ਕਿੰਨੇ ਦੇ ਕੱਟਦੇ ਹੋ? ਬੈੱਡ ਪੁਰਾਣੇ 5000 ਦੇ ਜੀ। ਠੀਕ ਹੈ ਜੀ, ਚਾਹੇ ਟੁੱਟੇ ਹੋਏ ਆ, ਚਾਹੇ ਟੁੱਟੇ ਹੋਣੇ, ਚਾਹੇ ਖਰਾਬ ਨੇ, 5000 ਦੇ ਕੱਟਦਾ। ਤੇ ਬਾਕੀ ਜਿਹੜਾ ਇਲੈਕਟ੍ਰੋਨਿਕ ਸਮਾਨ ਹੈ ਉਹ ਵੀ ਕੱਟਦੇ ਹੋਣੇ? ਹਾਂਜੀ ਹਾਂਜੀ, ਉਹ ਵੀ ਕੱਟਦੇ। ਉਹ ਚਾਹੇ ਤੁਹਾਡਾ ਖਰਾਬ ਹੋਵੇ, ਜਿਵੇਂ ਏਸੀ ਹੁੰਦਾ, ਏਸੀ ਚਾਹੇ ਤੁਹਾਡਾ ਖਰਾਬ ਹੈ, ਉਹ ਵੀ ਇਹ ਕੱਟ ਲੈਂਦੇ ਨੇ। ਜਿਹੜੇ ਲਗਜ਼ਰੀ ਸੋਫੇ ਹੁੰਦੇ ਨੇ, ਮਹਾਰਾਜ ਸੋਫੇ ਵੱਜਦੇ ਨੇ ਇਹ, ਇਹ ਤੁਹਾਨੂੰ ਇੱਥੇ 1,00,000 ਰੁਪਏ ਦੇ ਵਿੱਚ ਮਿਲ ਜੂ। ਬਾਹਰ ਇਹਦੇ ਬਹੁਤ ਮਹਿੰਗੇ ਰੇਟ ਹੈ, ਅਸੀਂ ਖੁਦ ਪਤਾ ਕੀਤੇ ਹੋਏ ਨੇ। ਇੱਕ ਆਪਣੇ ਇਹਨਾਂ ਨੂੰ ਲੈਣ ਵਾਸਤੇ ਆਪਣਾ ਐਡਰੈਸ ਦੱਸੋ ਵੀ ਕਿੱਥੇ ਆਉਣਾ ਪਊਗਾ ਜੀ? ਇਹ ਮਹਾਰਾਜਾ ਫਰਨੀਚਰ ਜੀ, ਤਲਵੰਡੀ ਗੇਟ ਰੋਡ, ਰਾਏਕੋਟ, ਲੁਧਿਆਣਾ ਡਿਸਟ੍ਰਿਕਟ, ਲੁਧਿਆਣਾ ਜ਼ਿਲ੍ਹਾ। ਸੋਫੇ ਦਾ ਤੁਸੀਂ ਕੰਮ ਹੋਇਆ ਦੇਖੋ ਜੀ, ਕੰਮ ਦੇਖੋ ਤੁਸੀਂ ਕੰਮ ਹੋਇਆ ਬਾਜ਼ਾਰ, ਤੁਸੀਂ ਜਾਓਗੇ 3-3 ਲੱਖ ਰੁਪਏ ਦਾ ਸੋਫਾ ਜੀ, 2-2.5 ਲੱਖ ਰੁਪਏ ਦਾ ਆਪਣੇ ਕੋਲ ਸਾਰਾ 1,00,000 ਰੁਪਏ ਦਾ ਸੋਫਾ ਜੀ। ਇਹ ਚੀਜ਼ਾਂ ਤੁਸੀਂ ਔਨਲਾਈਨ ਸਰਚ ਮਾਰ ਕੇ ਦੇਖੋ ਵੀ ਕਿੰਨੇ ਰੇਟ ਨੇ ਇਹਨਾਂ ਦੇ। ਬਾਕੀ ਰਹਿੰਦੀ ਗੱਲ ਇੱਕ ਆਪਣਾ ਮੁੱਦਾ ਹੁੰਦਾ ਵੀ ਇਹ ਖਰਾਬ ਨਾ ਹੋਵੇ, ਉਹ ਇਹਨਾਂ ਨੇ ਕਹਿ ਰੱਖਿਆ ਵੀ ਕੋਈ ਵੀ ਸਮਾਨ ਤੁਸੀਂ ਇੱਥੋਂ ਲੈਣੇ ਉਹਦੀ 5 ਸਾਲ ਦੀ ਗਰੰਟੀ ਹੈ। ਰੰਗ ਦੇਖੋ ਕਿੰਨੇ ਪਏ ਨੇ ਆਪਣੇ ਕੋਲ, ਡਿਜ਼ਾਇਨ ਦੇਖੋ ਕਿੰਨੇ ਨੇ ਜੀ, ਰੰਗਾਂ ਦੀ ਕੋਈ ਕਮੀ ਨਹੀਂ, ਡਿਜ਼ਾਇਨਾਂ ਦੀ ਕੋਈ ਕਮੀ ਨਹੀਂ ਹੈਗੀ। ਤੇ ਇੱਕ ਨੰਬਰ ਕਿੰਨਾ ਜੀ ਆਪਣਾ? ਆਪਣਾ ਨੰਬਰ 99-72-84-568 ਜੀ। ਠੀਕ ਹੈ, ਤੇ ਵਟਸਐਪ ਤੇ ਮੈਸੇਜ ਕਰਕੇ ਵੀ ਛੱਡ ਸਕਦੇ? ਹਾਂਜੀ ਹਾਂਜੀ, ਵਟਸਐਪ ਤੇ ਮੈਸੇਜ ਵੀ ਕਰਦੇ ਆ, ਵਿੱਚ ਗਾਹ ਕਾਲ ਬਹੁਤ ਕਰਦੇ ਨੇ, ਕਾਲਿੰਗ ਵਾਲੀ ਨਹੀਂ ਚੱਕੀ ਨਹੀਂ ਜਾਂਦੀ। ਤੁਸੀਂ ਆਪਣਾ ਇੱਕ ਮੈਸੇਜ ਕਰਕੇ ਛੱਡ ਦਿਓ, ਤੁਸੀਂ ਕਾਲ ਆਪੇ ਕਰ ਲਓ, ਕਾਲ ਆਪੇ ਕਰ ਲਾਂਗੇ। ਠੀਕ ਹੈ, ਤੇ ਜਿਨ੍ਹਾਂ ਨੇ ਵੀ ਕੋਈ ਸਮਾਨ ਲੈਣਾ, ਪੁਰਾਣਾ ਸਮਾਨ ਕਟਵਾ ਕੇ ਨਵਾਂ ਲੈਣਾ, ਮਹਾਰਾਜਾ ਫਰਨੀਚਰ ਹਾਊਸ, ਰਾਏਕੋਟ ਜ਼ਿਲ੍ਹਾ, ਲੁਧਿਆਣਾ।